सतनाम वाा गुरु सतनाम वाहि गुरु सत्नाम वाहि गुरु सतनाम वाहि गुरु वाहि गुरु वाहिगुरु वाहि गुरु वाहि गुरु सत्नाम वाहि गुरु वाहि गुरु सत्नाम वाहि गुरु सत्नाम वाहि गुरु VAHIGURU, गुरु वाहि गुरु वाहि गुरु वाहि गुरु Vahiguru, वाहि गुरु सत्नामहि गुरु वाहि गुरु वाहि गुरु ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਰਾ ਸਾਹਿਬ ਸ਼ਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੀਰੰਤ ਨ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਚਿਤਸਵਾਲਿਓ ਜਿਨ ਕੀ ਤੀਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਗਰਣਾ ਸੋ ਕਰ ਰਹਾ ਸੂਦਰ ਰਾਗ ਸਾ ਮੱਲਾ ਪਹਿਲਾ ਇਕ ਵੰਕਾਰ ਸਤਿਗੁਰ ਪ੍ਰਸਾਦ ਸੂਦਰ ਤੇ ਰਾਕੇ ਹਾ ਸੂਗਰ ਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਤੇਰੀ ਨਾਦ ਨੇਕ ਸੰਖਾ ਕੀਤੇ ਤੇਰੀ ਬਾਵਨ ਹਾਰੀ ਕੀਤੇ ਤੇਰੇ ਰਾਗ ਪ੍ਰਿ ਸਿਵ ਕੀ ਹੈ ਕੀਤੇ ਤੇਰੀ ਗਾਵਨ ਹਾਰੀ ਗਾਵਨ ਤੁਦਨੋਂ ਪਉਣ ਪਾਣੀ ਬੈਸੰਤਰ ਘਰ ਗਜ ਤ੍ਰਮ ਦੁਆਰੇ ਗਾਵਨ ਤੁਦਨੋਂ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੀ ਗਾਵੰਤ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰਨਾਲੇ ਗਾਵੰਤ ਤੁਧਨੋ ਸਿੱਤ ਸਮਾਧੀ ਇੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀਸ ਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਪੜਨ ਰਕੀਤਰ ਜੁਗ ਜੁਗ ਵਿਦਾ ਨਾਲੇ ਗਾਵੰਤ ਤੁਧਨੋ ਮੋਹਣੀ ਆਵਨ ਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨੋ ਪਾਇ ਤੇਰੇ 68 ਤੀਰਥ ਨਾਲੇ ਗਾਵੰਤ ਤੁਧਨੋ ਜੋਦ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੀ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦਨੋ ਗਾਵਨ ਜੋ ਤੁਧ ਭਾਵਨ ਦਿੱਤੇ ਤੀਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਵੀ ਉਸ ਜਾਇ ਨਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕਿਤਾਬਣਾ ਜਿਉ ਤਸਦੀਕ ਵੜਾਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹ ਸਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕਿ ਵੜ ਵੱਡਾ ਡਿਠਾ ਹੋਈ ਕੀਮਤ ਪਾਏ ਨਾ ਕਿਹਾ ਜਾਈ ਕਹਿਣ ਵਾਲੀ ਤੇਰੀ ਰਹੀ ਸਮਾਈ ਓਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਘੀਰਾ ਕੋਈ ਨ ਜਾਣ ਤੇਰਾ ਕੀਤਾ ਕੀ ਵਡਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿਧਾਂ ਪ੍ਰਖਾਂ ਕੀਆਂ ਵੱਡਿਆਈਆਂ ਤਦ ਬਿਨ ਸਧੀ ਕਿਰਨ ਨਾ ਪਾਈਆਂ ਕਰਮ ਮਿਲੈ ਨਾਹੀ ਠਾਕ ਰਹਾਇਆ ਆਕਣ ਵਾਲਾ ਕਿਆ ਵਿਚਾਰਾ ਸਿਵਤੀ ਭਰੀ ਤੇਰੀ ਢੰਡਾਰਾ ਜਿਸ ਤੂੰ ਦੇਇਤ ਸਹਿ ਕਾ ਚਾਰਾ ਨਾਨਕ ਸਤਿ ਸਵਾਰਣ ਹਾਰਾ ਅਸਾ ਮਹਿਲਾ ਪਹਿਲਾ ਅੱਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਓੱਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਦਭੂਖ ਹੈ ਖਾਈ ਚਲੀਏ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਹੀਂ ਰਹਾਉ ਸੱਚੇ ਨਾਮ ਕੀ ਤਿਲ ਵਿੜਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵਡਾ ਨਾ ਹੋਵੇ ਘਾਟ ਨਾ ਜਾਈ ਨਾ ਉਹ ਮਰੈ ਨਾ ਹੋਵੇ ਸੂਗ ਦਿੰਦਾ ਰਹਿਣ ਚੁੱਕੈ ਭੂਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਵਾ ਨਾ ਕੋ ਹੋਏ ਜੇ ਵੜਿਆ ਤੇ ਵੜ ਤੇਰੀ ਦਾਤ ਜਿੰਨ ਦਿਨ ਕਰ ਕਹਿ ਕੀਤੀ ਰਾਤ ਵਿਸਾਰ ਤੇ ਕਮਜਾਤ ਨਾਨਕ ਨਾਵੇ ਬਾਸ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖਾ ਬਿਨੋ ਕਰੋਂ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰਦਾ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵਿਭਾਗ ਵਡੇਰੀ ਜਿਨ ਹਰ ਹਰ ਸ੍ਰਧਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਪਾਗਹੀਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਦੁਰ ਮੱਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰਿ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਬਾਹਿਰੇ ਮਨ ਚਿਤ ਵੈ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੂ ਪਾਇ ਤਾਂ ਕਰਿ ਜ ਕਾ ਗੇਕੜ ਦਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੁਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਖੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਧਮਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਿਕ ਸੰਭਾਹੀ ਠਾਕੁਰ ਕਾਹੇ ਮਨ ਪੋ ਕਰਿਆ ਊੜੇ ਊੜ ਆਵੈ ਸੈ ਕੋ ਸਾ ਤਿਸ ਪਾਛੇ ਬਚਰੀ ਛੜਿਆ ਤਿਨ ਕਮਣ ਖਲਾਵੈ ਕਮਣ ਚੁਗਾਵੈ ਮਨ ਮੈਂ ਸਿਮਰਣ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸਦ ਬਲਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਾ ਸਮਹਿਲਾ ਚੌਥਾ ਸੋਪਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਪਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੇਂ ਸਭ ਧਿਆਵੇਂ ਤੁਧ ਜੀ ਅਰ ਸੱਚੇ ਸਰਜਣ ਹਾਰਾ ਸਭ ਜੀ ਤੁਹਾਰੇ ਜੀ ਤੁਝੀਆਂ ਕਾਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆ ਪੀ ਠਾਕੁਰ ਹਰਿਆ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕਟਕਟੇ ਅੰਤਰ ਸਰਬ ਨਿਰੰਤਰ ਜੀ ਹਾਰੇ ਕੋਪਕ ਸਮਾਣਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਿਢਾਣਾ ਤੂੰ ਆਪੇ ਦਾਤਾ ਪੇ ਭੁਗਤਾ ਜੀ ਹਉ ਤੁਧ ਬਿਨ ਅਵਰਣ ਜਾਣਾ ਤੁ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸਿਵਹ ਜੋ ਸਿਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੇਂ ਹਰ ਧਿਆਵੇਂ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੇ ਜਨ ਹਰ ਧਿਆਇਆ ਜੀ ਤਨ ਤੁਟੀ ਜਮ ਕੀ ਫਾਸੀ ਜਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਨ ਕਾ ਪਹੁ ਸਭ ਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਨਤ ਬਿਨਤਾ ਤੇਰੀ ਭਗਤ ਤੇਰੀ ਭਗਤ ਸਲਾਹਨ ਤਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੈ ਹਰ ਪੂਜਾ ਜੀ ਤਪ ਤਾਪੈ ਜਪੈ ਬਿਨਤਾ ਹਿਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੁ ਆਦਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡਿਆ ਵਰ ਨ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਚਲ ਕਰਤਾ ਸੋਈ ਤੁਦਾ ਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੁ ਹੋਈ ਤੁਦਾ ਪੇ ਸ੍ਰਿਸ਼ਟ ਸਭ ਉਪਾਈ ਜੀ ਤੁਦਾ ਪੇ ਸ੍ਰਿਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸਹਿ ਕਾ ਜਾਣੋਈ ਆਸ ਮਹਿਲਾ ਚੁੱਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂ ਭਾਵੈ ਸੋਈ ਥਿਸੀ ਜੋ ਤੂੰ ਦੇ ਸੋਇ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਾਇਆ ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਮਗਲਾਧਾ ਮਨ ਮੰਗਵਾਇਆ ਤੂੰ ਆਪ ਵਿਛੋੜਿਆ ਆਪ ਮਿਲਾਇਆ ਤੁੰਦਰ ਆਵ ਸਭ ਤੁਝ ਹੀ ਮਾਹੇ ਤੁਝ ਬਿਨ ਦੁਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹਿ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਖਾਨੈ ਇਨ ਹਰ ਸੇਵਿਆ ਤੈਨ ਸੁਖ ਪਾਇਆ ਸਜਿਹੀ ਹਰਨਾਮ ਸਮਾਇਆ ਵਾਪੇ ਕਰਤਾ ਤੇਰਾ ਕੀ ਸੁਭ ਹੋਏ ਤੁਧ ਬਿਨ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਇਤ ਸਰਵੜੇ ਪਹਿਲੇ ਨਿਵਾਸ ਸ ਪਾਣੀ ਪਾਵਕਤ ਨਾ ਕੀਆ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖਾਂ ਤੈ ਡੂਬੀ ਅਲੀ ਮਨ ਏਕ ਨ ਚੀਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾਹੋਂ ਜਤੀ ਸਤੀ ਨਹੀਂ ਪੜਿਆ ਮੁਰਖ ਮੁਗਦਾ ਜਨਮ ਭਇਆ ਬਨੁਤ ਨਾਨਕ ਤਿਨ ਕੀ ਸਰਣਾ ਜਨ ਤੋ ਨਾਹੀ ਵਿਸਰੇਆ ਆਸਾ ਮਹਿਲਾ ਪੰਜਵਾਂ ਪਹਿ ਹੀ ਪ੍ਰਾਪਤ ਮਾਨੁਗ ਦੇਖ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੀ ਕੀ ਤਨਾ ਕਾਮ ਮਿਲ ਸਾਧ ਸੰਗਤ ਬਜ ਕੀ ਬਲਨਾ ਸਰੰਜਾਮ ਲਾਗ ਭਉ ਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਰਖਾ ਤਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਯਾ कहुना न मनीच नीच शरण परि कीरा को शर्मा कभी आवाज बेनती जो पई हमरी करो हाथ रक्षा पूर्ण हुई चित की इच्छा तब चरणन मन हमारा अपना जान करो पृतारा हमरी दुष्ट सब है तुमकाव दे दुहे बचा बहु सुखी बसै मोरो परवारा सेवक सिख सब करतारा मोर चानज कर दे करी है सब वहरन को आस पूर्ण हुए हमारी आसा तुर तो भजन की रह प्यासा तो मैं छाड़ कोई त्याऊं जो वर चहु सो तुम ते पाऊ सेवक सिख मारे तारिय है चुन चुन सत्र मारे मारिय है ਆਵਾਤ ਦਾਮ ਜੈ ਹੋ ਬਰੀਏ ਮਰਨ ਕਾਲ ਕਾ ਤਰਾਸ ਨਿਮਰੀਏ ਹਉ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜ ਜੋ ਕਰਿਓ ਰੱਛਾ ਰਾਖ ਲਿਓ ਮੈ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪ੍ਰੀ ਚਿਤ੍ਰਦਸ ਕੰਤਾ ਕਾਲ ਪਾਏ ਬ੍ਰਹਮਾ ਬਭਧਰਾ ਕਾਲ ਪਾਏ ਸ਼ਿਵ ਜੂਗ ਅਵਤਰਾ ਕਾਲ ਪਾਇ ਕਰਿ ਵਿਸਨ ਪ੍ਰਕਾਸ਼ਾ ਸਫਲ ਕਾਲ ਕਾ ਕਿਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਜੀਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸ਼ਿਵਕਨ ਕੋ ਸ਼ਿਵਕਨ ਸੁਖ ਦੀਓ ਸਤਰਣ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦਿਸ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੀ અપਾਰਾ ਜਬ ਆਕਰਖ ਕਰਤ ਹੂੰ ਕਪਹੂੰ ਤੁਮ ਮੈ ਮਿਲਤ ਦੇ ਤਰਸਬ ਹੂੰ ਜੀਤੇ ਬਦਨ ਸੇਠ ਸਵਤਾਰੈ ਆਪ ਆਪਨੀ ਬੂਜੂ ਚਾਰੈ ਹਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਹਰਿ ਆਲਮ ਨਿਰੰਕਾਰ ਨਿਰਵਕਾਰ ਨਿਲੰਬ ਆਦਨੀਲ ਨਾਦ ਸੰਭ ਤਾ ਕਾ ਮੂੜ ਚਾਰਤ ਪਿਦਾ ਜਾਂ ਕੋ ਭੀਮ ਨ ਪਾਵਤ ਬੀਦਾ ਤਾ ਕੋ ਕਿਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਪੀਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਬ੍ਰਿੰਕਾਰ ਕਾ ਚੀਨਤ ਨਹਿ ਪਿਵ ਆਪ ਆਪਨੀ ਬੁਧਹਿ ਜਿਤੀ ਬਰਣਤ ਪਿੰਨ ਪਿੰਨ ਤੋਇ ਤੇ ਤੀ ਤੁਮਰਲ ਖਾ ਨ ਜਾਏ ਪਸਾਰਾ ਕੇ ਵਿਸਜਾ ਪ੍ਰਥਮ ਸੰਸਾਰਾ ਇਕਰੂਪਨੁ ਸਰੂਪਨੁ ਸਰੂਪਾਰੰਕ ਬਯਉਰਾਵ ਕੇ ਭੂਪਾ ਹੰਡਜੇ ਜੀਰਜ ਸੇਤਕੀਨੀ ਉਤਭੁਜ ਖਾਨ ਬਹੁਰ ਰਚਦੀਨੀ ਕੰਫੋਲ ਰਾਜਾ ਹ ਬੈਠਾ ਕੌਂਸਮਿਟ ਪੈ ਸੰਗ੍ਰਿ ਕੈਠਾ ਅਗ੍ਰੀਸ਼ਿਸ਼ ਦਿਖਾਇ ਚੰਬਗ ਆਦ ਜੁਗਾਦ ਸਰੂਪ ਸਯੰਭਵ अब रच्छा मेरी तुम करो सिखो बार सिख संग दुष्ट जिते उठवत उत्पात्ता सकल मलेश करो रणगाता ए अस दुज तब शरणी परे तिनके दुष्ट दुखतव मरे पुरख जमनप परितिहारी तिनके तुम संकट सब तारे जो कल कोई एक बार ते आए हैं ताके काल निकटने आए हैं रच्छा कोई ताहि सब काला दुष्ट अरिष्ट रे तत्काला ਇਰਪਾ ਦਿਸ਼ਟ ਤਨ ਜਾਇਨੇ ਹਰ ਹੂੰ ਤਾਕੇ ਤਾਪ ਤਨਕ ਮੋ ਹਰ ਹੂੰ ਰਿੱਧ ਸਿਧ ਘਰ ਮੋ ਸੁਭ ਹੋਈ ਦੁਸ਼ਟ ਛਾਛ ਵੈਸ ਕਹਿ ਨ ਕੋਈ ਇੱਕ ਬਾਰ ਜਿਨ ਤ ਮੈਂ ਸੰਭਾਰਾ ਕਾਲ ਫਾਂਸ ਤੀ ਤਾਏ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤੇ ਹਾਰੀ ਆਫਾਤ ਦੇ ਲਿਹ ਉਬਾਰੀ ਸਰਵ ਧੁਰ ਮਹਉ ਸਹਾਈ ਸੁਸ਼ਟ ਲੋਕ ਤੇ ਲਹਿਉ ਵਿਚਾਈ ਸਵਈਆ ਆਏ ਕਹੇ ਜਬ ਤੇ ਤੁਮਰੀ ਤਵਤੀ ਕੋ ਮਾਕ ਤਰੀ ਨਹੀਂ ਆਨਿਓ RAM ਰਹੀਮ ਪੁਰਾਨ ਪੁਰਾਨ ਅਨੇ ਕਹਿਮਤ ਏਕ ਨਾਮ ਆਨਿਓ ਸਿਮਰਤ ਸਾਸਤਰ ਵੇਦ ਸਬਹਿ ਬੁਪੀਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਜਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਉ ਸਭ ਤੋਈ ਬਖਾਨਿਓ ਦੋਹਰਾ ਗਲਦੁਵਾਰ ਕੋ ਛਾੜ ਕੇ ਗਹੋ ਤੁਹਾਰੋ ਦਵਾਰ ਬਾਹੇ ਗਹੀ ਕਿਲਾਜਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹਿਲਾ ਤੀਜਾ ਅਨੰਦ ਇਕ ਵੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਤੀ ਮਨਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋਤਾ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਵਾ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਲੇ ਹਰ ਨਾਲ ਲਉ ਤੂੰ ਮਨ ਮੇਰੀ ਦੂਖ ਸਭ ਵਿਸਾਰਣਾ ਅੰਗੀਕਾਰ ਉਹ ਕੀਤੀ ਰਾਗ ਕਾਰ ਸਭ ਸੁਵਾਰਣਾ ਸਬਨਾ ਗੱਲਾਂ ਸਮਰਤ ਸੁਆਮੀ ਸੋਕਿਓ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰਨਾਲੀ ਸਾਚੇ ਸਾਹਿਬਾ ਕਿਆ ਨਾਹੀ ਘਰਤੀ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਹਿਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੀਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘੜਤੀ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਅਕਰਸ਼ਾਨ ਸੁਖਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੂ ਹੂੰ ਜਿਸ ਦੀਆਂ ਏ ਵਡਿਆਈਆਂ ਕਹ ਨਾਨਕ ਤੁਨਹ ਸੰਤੋਸ਼ ਬਧ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚਬੱਤਿਤ ਕਰ ਸਿ ਬਾਗੇ ਕਰ ਸਿ ਬਾਗੇ ਸ਼ਬਦ ਬਾਜੀ ਕਲਾ ਜਿਤ ਕਰਧਾਰੀਆ ਪੰਚ ਦੂਤ ਤੁਧ ਬਸ ਕਿਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹ ਸ ਕੋ ਵਾ ਤਿਤਗਰ ਅਨਹਦ ਬਾਜੀ ਅਨਦ ਸੁਨੋ ਬੜ ਪਾਗੀ ਹੂੰ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਆਤ੍ਰੀ ਸਗਲ ਬਿਸੂਰੇ ਦੂਖ ਰੋਗ ਸੰਤਾ ਪੁੱਤਰੀ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਣ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤਗੁਰ ਰਹਾ ਵਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮੁੰਦਾਵਣੀ ਮਹਿਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਜਾਈ ਨਿਤ ਨਿਤ ਰਕਰਧਾਰੋ ਤਮ ਸੰਸਾਰ ਚਰਨ ਲਗਤ ਰਹੀ ਹੈ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹਿਲਾ ਪੰਜਵਾਂ ਏਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪੈ ਹੋਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵਹ ਹਰਿਆ ਓੜੀ ਤਥ ਤੁਸਮਰਥ ਜਿਥੈ ਕੋਏ ਨਾਹੀ ਉਥੇ ਤੇਰੀ ਰਖ ਅਗਨੇ ਉਦਰ ਮਾਹੀ ਸੁਣ ਕਹਿ ਜਮ ਕਾਦੂਤ ਨਾਇਤਰੈ ਛਡ ਜਾਹਿ ਓਜਲ ਵਿਖਮ ਸਗਾਹ ਗੁਰ ਸ਼ਬਦ ਦੀ ਪਾਰ ਪਾਹਿ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹਿ ਕਲ ਮੈਂ ਇਹੋ ਪੰਨ ਗੁਣ ਗੋਵਿੰਦ ਗਾਹਿ ਸਭ ਸੈਨੋ ਕਿਰਪਾਲ ਸਮਾਲੇ ਸਾਹਿ ਸਾਹਿ ਬਿਰਥਾ ਕੋਈ ਨ ਜਾਇ ਜੇ ਆਵੈ ਤੁਧ ਆਹਿ ਸ਼ਲੋਕ ਮਹਲਾ 5ਵਾਂ ਅੰਤਰ ਗੁਰ ਅਰਾਧਣਾ ਜੀਵਾਂ ਜਪ ਗੁਰ ਨਾਮ ਨਿਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਮ ਸਤਿਗੁਰ ਸੇਤੀ ਰਤੇ ਆਂ ਦਰਗਹਿ ਪਾਈ ਠਾਉ ਕਹੋ ਨਾਨਕ ਕਿਰਪਾ ਕਰੀ ਜਿਸਨੂੰ ਏਵਤਿ ਦੀ ਜਗ ਮਾਤਮ ਕਾਢੀ ਹੈ ਵਿਰਲੇ ਕਈ ਕਈ ਮਹਲਾ 5ਵਾਂ ਰਖੇ ਰਕਣ ਹਾਰ ਆਪ ਉਬਾਰਿਐਨ ਗੁਰ ਕੀ ਪੈਰੀ ਪਾਈ ਕਾਜ ਸਵਾਰਿਯਨ ਹੋਆ ਆਪ ਦੇ ਹਾਲ ਮਨੋ ਨਾ ਵਿਸਾਰਿਯਨ ਸਾਧ ਜਨਾ ਕੈ ਸੰਗ ਭਉਜਲ ਤਾਰਿਯਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ 베ਦਾਰਿਯਨ ਇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਜ ਚਿਮਰਤ ਸੁਖ ਹੋਇ ਸਗਲੇ ਦੁੱਖ ਜਾਹੀ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਢੋਠਾ ਕੁਰਤ ਤੁਮ ਮਮਤਾ ਪਿਤਾ ਹਮ ਬਾਰਕ ਤੇਰੇ ਤੇਮਰੀ ਕਿਰਪਾ ਮੈਂ ਸੂਖ ਕਨੇਰੇ ਕੋਏ ਨ ਜਾਣੇ ਤੁਮਰਾ ਅੰਤ ਉੱਚੇ ਤੇ ਹੁਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸਵਾਗਿਆ ਤੁਮਰੀ ਗਤ ਮਿੱਤ ਤੁਮਹੀ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇਂ ਤਿਆਏ ਫਿਰੰਗ ਦੀ ਗੁਰਤੀ ਮਰਦਾਸ RAM DAS ਹੁਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਘਰ ਰਾਈ ਸ੍ਰੀ ਹਰਿਕ੍ਰਿਸ਼ਨ ਧਿਆਈਐ ਜੇ ਰਿੱਠੇ ਸਬਦਕ ਜਾਏ ਤੇਗ ਬਹਾਦਰ ਸਿਮਰੈ ਕਨੂਨ ਦੇ ਆਵੇ ਧਾਈ ਸਭ ਥਾਈ ਹੁਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੁਣਾ ਜੀ ਸਾਹਿਬ ਦਾ ਸਾ ਪਾਛਿਆਂ ਦੇ ਸਰੂਪ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਰਦ ਅਧਿਆਨ ਤਰਕੇ ਬੋਲੋ ਜੀ ਸਤਿਗੁਰ ਜੀ ਦੇ ਪੰਜ ਪਿਆਰੀ ਚਾਰ ਸਹਬਜ਼ਾਦੇ 40 ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਆਣਾ ਡਟ ਕੀਤਾ ਤੇ ਨਾਂ ਪਿਆਰੀਆਂ ਸੱਚਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੂਪਰੀਆਂ ਲੁਵਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਂ ਸਵਸਨਾਣੇ ਬਾਹੀ ਤਿਨਾਸ਼ੀ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੁੱਲ ਜੀ ਵੰਜਾਂ ਤਕ ਤਾਂ ਸਰਬੱਤ ਗੁਰਦੁਆਰੇ ਜਿਦਾਂ ਧਿਆਨ ਤਰਕੇ ਬੋਲੋ ਜੀ ਅਰਥ ਮੈਂ ਸਰਬਤ ਖਾਲਸ ਜੀ ਕੀ ਅਰਦਾਸ ਹੈ ਜੀ ਸਰਬਤ ਕਾਲ ਸਾ ਜੀ ਕੋ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਨਾਮ ਜਿ ਤ ਆਵੇ ਚਿਤ ਆਉਣ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਗੁਰਖਾਲ사 ਜੀ ਸਾਹਿਬ ਤਾਂ ਤਾਂ ਰਚਾਰਿਆ ਦੇਖ ਦੇਖ ਪਤਹਿ ਵਰਤ ਕੀ ਪੈਜ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੁੱਲੋ ਜੀ ਬਖਸੋ ਜੀ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਵਿਸਾਖ দান ਭਰੋਸਾ দান ਦਾਨ ਸਿਰਦਾਨ ਨਾਮਦਾਨ ਸ੍ਰੀ ਅਮਰitsar ਜੀ ਦੇ ਦਰਸ਼ਨ ਸ਼ਨਾਣ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤੁ ਚੀਮਤ ਪੱਦਾ ਰੱਖਾ ਅਪਕਾਲ ਪ੍ਰਖ ਵਾਹਿ ਗੁਰੂ へ ਕਾਲ ਪ੍ਰਖ ਆਪਣੇ ਪੰਥ ਦੇ ਸਦਾ ਸਖਾਈ ਦਾ ਤਾਰ ਜੀਓ ਸ੍ਰੀ ਰਣਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਸਤਿਗੁਰ ਜੀ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁਲੇ ਦਰਸਨ ਤੇ ਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਪੰਥ ਨੂੰ ਬਖਸ਼ੋ ਜੀ हे ਰਮਾਣੀਆਂ ਦੇ ਮਾਨ ਨਿਤਾਣੀਆਂ ਦੇ ਤਾਨ ਨਿਓਟਿਆਂ ਦੀ ਓਟ ਸਚੇਵਤਾ ਵਾਹੀ ਗੁਰੂ ਆਪ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਹੈ ਐ ਸੁਲੇ ਆਪ ਜੀ ਦੇ ਚਰਣਾ ਵਿੱਚ ਸੰਧਿਆ ਵੇਲੇ ਦੀ ਦੀਵਾਨ ਸਜੀ ਹਨ ਸਜੀ ਹੋਈ ਦੀਵਾਨ ਅੰਦਰ ਆਪ ਜੀ ਦੀ ਇਲਾਹੀ ਬਾਣੀ ਸੋਧਰ ਰਹਿਰਾ ਸਹਿਬ ਜੀ ਦੇ ਪਾਠ ਕੋਈ ਹਨ ਸਤਿਗੁਰ ਜੀ ਬਾਣੀ ਦੇ ਪਾਠ ਕਰਦੇ ਆਂ ਸੇਵਾ ਨਿਭਾਉਂਦੇ ਆਂ ਬਿਆੰਤ ਪੁੱਲਾਂ ਗਲਤੀਆਂ ਹੋ ਗਈਆਂ ਹੋਣ ਗਿਆ ਜੀ ਅਣਜਾਣ ਬੱਚੇ ਜਾਣ ਕੇ ਮਾਫ ਕਰਨਾ ਗੀਤੋ ਬਾਣੀ ਸੁਧ ਤੇ ਸਪਸ਼ਟ ਕਰਨ ਦੀ ਇਸ ਮਤ ਬਖਸ਼ਣੀ ਵਾਣੀ ਨਾਲ ਪਿਆਰ ਬਖਸ਼ਣਾ ਬਾਣੀ ਪੜੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦੇ ਭਾਵ ਸੰਗਤਾਂ ਦੇ ਹਿਰਦੇ ਵਿੱਚ ਵਸਾਵਣੇ ਜੀ ਸਮੂਹ ਸੰਗਤ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰ ਲੈਣੀ ਸਭਨਾ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ਨੀ ਬੱਚਿਆਂ ਦੇ ਸੀਸ ਤੇ ਮਿਹਰ ਪਰਿਹਤ ਰੱਖਣੇ ਕਾਰਜ ਰਾਸ ਕਰਨੇ ਪਾਤਸ਼ਾਹ ਜੀਓ ਆਪਣੇ ਇਸ ਸਥਾਨ ਨੂੰ ਚੜ੍ਹਦੀਆਂ ਕਲਾਂ ਬਖਸ਼ਣੀਆਂ ਸਮੂਹ ਸੰਗਤਾਂ ਜੋ ਆਪ ਜੀ ਦੇ ਦਰ ਤੇ ਹਾਜ਼ਰ ਹੋ ਕੇ ਤਨ ਮਨ ਧਨ ਦੇ ਨਾਲ ਸੇਵਾਵਾਂ ਕਰ ਰਹੀਆਂ ਹਨ ਸਤਿਗੁਰੂ ਜੀਓ ਕਿਰਪਾ ਕਰਨੀ ਜੀ ਸਮੂਹ ਸੰਗਤਾਂ ਨੂੰ ਪਰਿਵਾਰਾਂ ਨੂੰ ਬੱਚਿਆਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਪਰਵਾਰਾਂ ਦੇ ਸੁਖ ਸ਼ਾਂਤੀ ਬਖਸ਼ਿਸ਼ ਕਰਨੇ ਸਤਗੁਰੂ ਜੀਓ ਇਸੇ ਤਰ੍ਹਾਂ ਹੀ ਸੇਵਾ ਕਰਨ ਦੇ ਬਲ ਉਦਮ ਉਤਸ਼ਾਹ ਬਖਸ਼ਿਸ਼ ਕਰਨੇ ਮਿਹਰਾਂ ਬਖਸ਼ਿਸ਼ਾਂ ਰਹਿਮਤਾ ਕਰਨੀਆਂ ਜੀ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਦੁਆਰਾ ਕਿਰਤਾਰਥ ਕਰੋ ਪਵਿੱਤਰ ਹੁਕਮਨਾਮੇ ਤੇ ਚੱਲਣ ਦੀ ਸੁਮਤ ਪ੍ਰਦਾਨ ਕਰਨੀ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਵਾਜ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੈ ਸੇਵਕ ਜਨ ਮਾਨੈ ਪਰਦਖ ਗੁਰੂ ਨਿਸਤਾਰੇ ਹੋਵੇ ਸਿਫਤ ਖਸਮ ਦੀ ਨੂਰ ਅਰਸ ਹੂੰ ਕੁਰਸ ਹੂੰ ਛੱਟਿਐ ਸੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਰਾੜੀ ਮਹੱਲਾ ਚੌਥਾ ਹਰਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ ਗਵਾਵੇ ਹਰਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰਜਨ ਕੀ अपना गुण ना गवावे रहा जो किच करे आपे स्वामी हर आपे कार कमावे हर आपे ही मत देवे स्वामी हर आपे बोल बुलावै हर आपे पंच तत् विस्थारा ਵਿਚ ਧਾਤੂ ਪੰਜ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੈ ਹਰ ਆਪੇ ਪੰਜ ਤਤ ਵਿਸਥਾਰਾ ਵਿਚ ਧਾਤੂ ਪੰਜ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਚਗਰ ਚੁਕਾਵੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਹੀ ਸੰਧਿਆ ਵੇਲੇ ਗੁਰਚਰਣਾ ਦਿਨ ਨਾਲ ਜੁੜ ਬੈਠੀ ਗੁਰੂ ਰੂਪ ਗੁਰਪੇਰੀ ਸਾਹਿਬ ਨੂੰ ਜੀਓ ਸਤਿਗੁਰ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਜੋ ਸੰਧਿਆ ਵੇਲੇ ਦਾ ਸਮਾ ਗੁਰਚਰਣਾ ਦੇ ਨਾਲ ਜੁੜਨ ਦਾ ਪ੍ਰਾਪਤ ਹੋਇਆ ਹੈ ਸੰਧਿਆ ਵੇਲੇ ਦਿਨਤ ਨੇਮ ਦੀ ਬਾਣੀ ਦੀ ਪਾਠ ਆਪ ਜੀ ਨੇ ਗੁਰਚਰਣਾ ਦੇ ਨਾਲ ਜੁੜ ਕੇ ਸਰਵਣ ਕੀਤੇ ਹਨ ਉਪਰੰਤ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੁਕਮਨਾਮਾ ਸਰਵਣ ਕੀਤਾ ਹੈ ਜੋ ਗੁਰਗ੍ਰੰਥ ਸਾਹਿਬ ਦੇ ਅੰਗ 719 ਦੀ ਸਬਾਈਮਾਨ ਹੈ ਬੈਰਾੜੀ ਮਹਿਲਾ ਚੌਥਾ ਬੈਰਾੜੀ ਰਾਗ ਦੇ ਵਿੱਚ ਚੌਥੇ ਗੁਰੂ ਸਤਗੁਰੂ ਗੁਰੂ ਰਾਮਦਾਸ ਪ੍ਰਾਚਾ ਜੀ ਮਹਾਰਾਜ ਅਰਜਨ RAM ਨਾਮ ਗੁਣ ਗਾਵੇ ਪਰਮਾਤਮਾ ਦੇ ਜਿਹੜੇ ਭਗਤ ਹਨ ਜਿਹੜੇ ਉਹਦੇ ਸੇਵਕ ਹਨ ਉਹਨਾਂ ਦੀ ਇੱਕ ਪਛਾਣ ਹੈ ਕਿ ਉਹ ਹਮੇਸ਼ਾ ਹੀ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਅਰਜਨ RAM ਨਾਮ ਗੁਣ ਗਾਵੇ ਦ ਹੰਬਲ ਸਰਵੈਂਟ ਸਿੰਗ ਦਾ ਗਲਰੀਜ਼ ਬੇਸਿਸ ਆਫ ਦ ਲਾਰਡ ਜੇ ਕੋਈ ਨਿੰਦ ਕਰੇ ਹਰ ਜਨ ਕੀ ਜੇਕਰ ਕੋਈ ਉਹਦੀ ਨਿੰਦਾ ਵੀ ਕਰੇ if someone slanders the lord humble servant apna gunna gawa wahii does not give up his own goodness oh apne changiyai nu nahi chhadda lok ki ohdi ninda karein ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਭਗਤ ਕਬੀਰ ਸਾਹਿਬ ਨੇ ਆਖਿਆ ਕਿ ਇਹਦੀ ਸਾਨੂੰ ਕੋਈ ਪ੍ਰਵਾਹ ਨਹੀਂ ਹੈ ਸੋ ਪ੍ਰਮਾਤਮਾ ਦੇ ਜਿਹੜੇ ਸੇਵਕ ਹਨ ਉਹ ਕਦੇ ਵੀ ਨਿੰਦਾ ਤੋਂ ਘਬਰਾਉਂਦੇ ਨਹੀਂ ਘਬਰਾ ਕੇ ਉਸ ਤੋਂ ਡਰ ਕੇ ਉਹ ਕਦੇ ਵੀ ਆਪਣੇ ਚੰਗਿਆਈ ਨੂੰ ਆਪਣੇ ਚੰਗੇ ਗੁਣਾ ਨੂੰ ਪਰਮਾਤਮਾ ਦੇ ਗੁਣ ਗਾਇਨ ਭਗਤੀ ਕਰਨ ਨੂੰ ਨਹੀਂ ਛੱਡਦੇ। ਰਹਾਉ ਜੋ ਕਿਛ ਕਰੇ ਸੋ ਆਪੇ Swami ਹਰ ਆਪੇ ਕਾਰ ਕਮਾਵੇ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਹੁੰਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਚੰਗਾ ਮਾੜਾ ਜੋ ਵੀ ਕੋਈ ਕਹਿ ਰਿਹਾ ਹੈ ਇਸ ਪਰਮਾਤਮਾ ਆਪ ਹੀ ਕਰਾ ਰਿਹਾ ਹੈ। ਉਹੀ ਸਾਰੇ ਜੀਵਾਂ ਦੇ ਵਿੱਚ ਬੈਠਾ ਹੋਇਆ ਹੈ ਔਰ ਆਪੇ ਹੀ ਮਤ ਦੇਵਾ ਸੁਆਮੀ ਔਰ ਆਪੇ ਬੋਲ ਬੁਲਾਵੇ ਉਹੀ ਮਤ ਉਹੀ ਅੰਡਰਸਟੈਂਡਿੰਗ ਬਖਸ਼ਦਾ ਹੈ ਉਹੀ ਬੋਲ ਬੁਲਾਉਂਦਾ ਹੈ ਉਹਦੀ ਪ੍ਰੇਰਣਾ ਦੇ ਨਾਲ ਹੀ ਅਸੀਂ ਬੋਲਦੇ ਹਾਂ ਜੇ ਉਹਦੀ ਪ੍ਰੇਰਣਾ ਨਹੀਂ ਉਹਦਾ ਹੁਕਮ ਨਹੀਂ ਇੱਕ ਬੋਲ ਵੀ ਨਹੀਂ ਨਿਕਲ ਸਕਦਾ ਹਰ ਆਪੀ ਪੰਜ ਤੱਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੈ ਪਰਮਾਤਮਾ ਦੇ ਭਗਤਾ ਨੂੰ ਇਹ ਵੀ ਸਮਝ ਹੁੰਦੀ ਹੈ ਕਿ ਜਿਹੜਾ ਪੰਜ ਤੱਤਾਂ ਦਾ ਖਿਲਾਰਾ ਜਿਹੜੇ ਪੰਜ ਤੱਤਾਂ ਦੇ ਨਾਲ ਜੀਵ ਦੀ ਰਚਨਾ ਹੋਈ ਹੈ ਇਹਦੇ ਵਿੱਚ ਪੰਜ ਤਰ੍ਹਾਂ ਦੀ ਧਾਤੂ ਵੀ ਪਾਏ ਹਨ ਸੋ ਉਹਨਾਂ ਦੇ ਆਪ ਆਪਣੇ ਗੁਣ ਹਨ ਉਸੀ ਤਰ੍ਹਾਂ ਰਿਐਕਟ ਕਰਦੇ ਹਨ ਜਨ ਨਾਨਕ ਸਤਗੁਰ ਮਿਲ ਲੈ ਆਪੇ ਹਰ ਆਪੇ ਝਗੜ ਚੁਕਾਵੇ ਗੁਰੂ ਨਾਨਕ ਸਹਿਬਾਕਦੇ ਹਨ ਜੇ ਨਾਨਕ ਸਤਗੁਰ ਉਸ ਰਵੀ ਨਾਨਕ ਦਿ ਲਾਰਡ ਹਿਮਸੈਲਫ ਸਾਨੂੰ ਪਰਮਾਤਮਾ ਆਪ ਹੀ ਯੂਨਾਈਟ ਦ ਟ੍ਰੂ ਗੁਰੂ ਸੱਚੇ ਗੁਰੂ ਦੇ ਨਾਲ ਮਿਲਾਂਦਾ ਹੈ ਜਦ ਨਾਨਕ ਸਤਗੁਰੂ ਮੇਲੇ ਆਪੇ ਜਦੋਂ ਪ੍ਰਮਾਤਮਾ ਆਪ ਕਿਰਪਾ ਕਰਦਾ ਸਾਨੂੰ ਸੱਚੇ ਸਤਗੁਰੂ ਦੇ ਨਾਲ ਮੇਲ ਕਰਾਂਦਾ ਹਰ ਆਪੇ ਝਗੜ ਚੁਕਾਵੇ ਜਿਹੜੀ ਸਾਡੇ ਅੰਦਰ ਖਿੱਚੋ ਤਾਨ ਹੈ ਹੀ ਹਿਮਸੈਲਵ ਰਿਜ਼ੋਲਵ ਦਾ ਕਨਫਲਿਕਟ ਜਿਹੜੀ ਸਾਡੇ ਅੰਦਰ ਟਕਰਾਓ ਜਿਹੜੇ ਸਾਡੇ ਅੰਦਰ ਝਗੜੇ ਚ ਮਿਲੇ ਹਨ ਉਹ ਸਾਰੇ ਪ੍ਰਮਾਤਮਾ ਆਪ ਹੀ ਮਕਾ ਦਿੰਦਾ ਹੈ ਉਸ ਨੂੰ ਸਮਝ ਬਖਸ਼ ਦਿੰਦਾ ਹੈ ਉਸ ਨੂੰ ਸੋਝੀ ਬਖਸ਼ ਦਿੰਦਾ ਹੈ ਸੋ ਇਹ ਸੋਝੀ ਕਿੱਥੋਂ ਮਿਲਣੀ ਹੈ ਗੁਰਬਾਣੀ ਦੇ ਵਿੱਚੋਂ ਗੁਰਬਾਣੀ ਦੇ ਵਿੱਚੋਂ ਇਹ ਸਮਝ ਸੋਝੀ ਪ੍ਰਾਪਤ ਹੋਣੀ ਹੈ ਸੋ ਇਸੇ ਤਰ੍ਹਾਂ ਹੀ ਜੁੜ ਕੇ ਬਾਣੀ ਦੇ ਨਾਲ ਸਮਝ ਪ੍ਰਾਪਤ करिए ਸੋਝੀ ਪ੍ਰਾਪਤ करिए ਗੁਰਬਾਣੀ ਦੇ ਵਿਚਾਰਾਂ ਨੂੰ ਸੁਣੀਏ ਆਉ ਭਾਸ਼ਾ ਇੰਡੋਨੇਸ਼ੀਆ ਦੇ ਵਿੱਚੋਂ ਭਾਈ ਪ੍ਰੇਮ ਸਿੰਘ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ ਸੋ ਆਓ ਸਰਵਣ ਕਰੀਏ ਭਾਸ਼ਾ ਇੰਡੋਨੇਸ਼ੀਆ ਦੇ ਵਿੱਚ ਭਾਈ ਪ੍ਰੇਮ ਸਿੰਘ ਜੀ ਪਾਸੋਂ ਫਤਿਹ ਦਾ ਜਵਾਬ ਅਕਸ਼ਿਸ਼ ਕਰੋ ਜੀ ਹੋਈਆਂ ਬੁੱਲਾਂ ਦੇਖਿਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Guru Rup Guru Parishad Sangat Ji Vahe Guru Ji Ka Khalsa Vahe Guru Ji Ki Kita bersyukur dapat bersatu di dalam saat sengat Mari kita pahami hukum nama pada hari ini Yang disampaikan oleh Guru keempat Tantan Sabsiri Guru Ramdas Ji Dalam angga 719 Berari mahala Chautha Harjana Ram Nam Barang siapa ada satu jana, satu hamba Tuhan, satu pelayannya dia, Ram, Nam, Guna, Gawe yang senantiasa menyanyikan, melantunkan keagungannya dalam artian mengikuti apa yang diajarkan, maka J koi apa guna na gawe. Jikalau ada orang lain kemudian Mencoba untuk menceritakan kejelekannya, mencari kekurangannya, orang tadi itu yang dia berusaha untuk menjadi baik, tidak boleh kehilangan sifat atau kualitas bagus yang sudah ada di dalam dirinya. Jadi, apapun yang orang sampaikan, apapun yang orang katakan, itu tidak boleh mempengaruhi diri kita. Selama kita melakukan yang bagus. Ramnam nam tadi. Selama kita melakukan yang baik, maka kalau ada orang mencoba menghina, menjatuhkan, mencemooh, menjelekkan, maka orang yang baik tadi itu tidak boleh kehilangan kualitasnya. Setiap orang punya kualitasnya masing-masing, punya jalan hidupnya masing-masing, punya keunikannya masing-masing. Apa yang saya bisa lakukan, itu belum tentu orang lain bisa lakukan. Apa yang orang lain bisa lakukan, belum tentu saya bisa lakukan. Jadi kira-kira hari Minggu kemarin, inilah yang kita diskusikan bersama Geniji. Kita melihat orang-orang ya, ada yang luar biasa jago sekali main pingpong, ada yang luar biasa sekali jago main uh, bola futsal. Jadi Geniji bilang kita nggak bisa seperti itu katanya kita nggak bisa sejago mereka ya main pimpongnya main bolanya saya bilang betul tapi di satu sisi kita nggak boleh bekerja hati mereka nggak bisa loh menyanyikan kirtan seperti Gianiji mereka nggak bisa melakukan shoot the part seperti yang dilakukan oleh Gianiji mereka nggak sebanyak pengetahuan yang dimiliki oleh Gianni G, jadi apa yang satu orang lakukan dia jago, dia mahir, dia hebat di bidang itu belum tentu bisa dilakukan orang lain. Dan orang lain tadi jago di bidang itu belum tentu kita jago. Setiap orang itu punya kualitasnya masing-masing, keunikannya masing-masing, kehebatannya masing-masing, kecakapannya, kemahirannya masing-masing. Dan oleh sebab itu, kita harus cari tahu itu kita mahirnya di bidang apa, kita jagonya di bidang apa, kita hebatnya di bidang apa, dan dalami itu. Sementara orang lain jagonya di bidang apa, hebatnya di bidang apa, kita nggak usah urusi. Kita nggak boleh seperti komentator orang yang menonton bola. Ada pemain bola, dia salah koper ke bolanya. Kena lawannya. Penonton bilang apa? Aduh bodoh kali ini orang inilah nggak bisa main dia kayaknya nggak tahu dia main ini kayak mana pelatihnya melatih dia kok oper bola aja nggak bisa benar coba yang tadi komentator itu yang nonton tadi itu suruh dia main bola di lapangan belum tentu dia bisa nah jadi itulah yang kira-kira ya guruji ajarkan melalui hukum nama pada hari ini setiap orang itu beda-beda nggak bisa disamakan ada keunikannya masing-masing. Dan Tuhan memang menginginkan demikian, gak bisa setiap orang itu bagusnya, baiknya sama, kualitasnya sama, jagonya sama, gak bisa. Ada manfaatnya juga, ada positifnya juga, supaya apa kita saling melengkapi satu dengan yang lainnya, bukan menjatuhkan satu dengan yang lainnya, tapi saling merangkul, saling melengkapi sebagai satu tim. Misalnya kita lihat di Gurdwara lah. Misalnya. Ada satu orang melakukan dia sewanya di dapur. Ada satu orang melakukan sewanya di derbar. Dalam hal ini bisakah kemudian yang melakukan sewa di derbar itu mengatakan. Wah kami lebih hebat daripada yang di bawah. Kami lebih dekat dengan guru. Kami lebih bagus. Yang di bawah itu apa itu? nggak penting. Nggak bisa juga. Karena apa? Ya tanpa yang di bawah, kita juga nggak bisa jalan. Tanpa yang ada sewa di dapur, ini juga nggak bisa jalan. Jadi kalau dia melakukan nindya, satu dengan yang lain kita, melihat satu yang dengan lain kita jelekkan, kita jatuhkan, maka itu bukanlah satu perbuatan yang bijaksana. Bukanlah satu perbuatan yang terpuji. Nah, Gurbani bilang orang harus punya jalan hidup di mana dia sudah tidak terpengaruh lagi baik oleh pujian ataupun oleh hinaan. Ustatninda du beberjet tajuman abmana. Dia sudah meninggalkan untuk mengangkat-angkat orang ataupun menjatuhkan orang dan sudah meninggalkan satu keinginan kecanduan untuk dipuji serta satu ketakutan untuk dihina. Sudah terbebas dari itulah guruji bilang kita harus sampai ke tahap seperti itu. Sudah tidak terpengaruh lagi. Tidak lagi juga melakukan itu, menjatuhkan orang atau mengangkat-angkat orang. Jadi ceritanya ada satu orang Dia ber ber belajar dengan satu ahli Zen Zen Master Orang ini pemula tadi Bagaimana caranya Supaya aku ini hidupnya bisa tenang Zen Master tadi bilang Caranya gampang Coba kau pergi ke kuburan Di sana Kau kata-katain itu Yang di kuburan itu kau jelek Kau nggak bagus, kau kurang ajar, kau manusia biadab, kau kata-katain aja. Katanya. Terus datang lagi ke aku. Orang tadi lakukan, dia datang lagi ke master ini. Apa yang terjadi? Kau udah kata-katain, sudah. Apakah yang dalam kuburan itu membalas? Tidak. Sekarang kau pergi lagi, kau sampaikan ke dia, kau luar biasa. Kau paling hebat, kau paling mantap, kau paling baik. Coba puji-puji dia, angkat-angkat dia, baru kau datang lagi. Orang tadi lakukan, dari di kuburan tadi puji, mayat-mayat itu dia bilang, kau luar biasa, kau baik, kau hebat, kau paling mantap, kau jago, kau ini itu, balik lagi. Si master tanya, apa yang terjadi? Apakah merespon? Tidak juga mas, Itulah jalan hidup yang harus kau tempuh seperti itu. Tidak lagi terpengaruh baik oleh pujian ataupun hina. Dalam hal ini bukan berarti ya kita nggak mau memuji orang lain. Kita harus tetap mengapresiasi apa yang orang sudah buat, yang bagus, yang punya manfaat. Kita ucapkanlah terima kasih. Kita apresiasi tapi jangan sampai ketika melakukan sesuatu itu mengharapkannya pujian. Nah, jangan juga kita melakukan sesuatu kemudian takut dihina, takut dijelekkan, takut dijatuhkan. Itu prinsipnya dalam kurban. Itulah guruji mau jalan hidup seperti itu baru orang tadi bisa namanya sampai di pada kepada tahap seheja Awasta di mana dia udah nggak terpengaruh lagi oleh apapun yang orang bilang, itu adalah bisnisnya mereka, itu adalah urusannya mereka, urusannya aku ya dengan diri aku dan dengan guru. Menjalankan, mengamalkan apa yang diajarkan oleh guru, itulah fokusku, itulah yang aku mau ke arah sana. Nah orang lain bilang tadi komentari, apapun itu, kita abaikan saja. Nah selama yang disampaikan itu tadi, tidak dalam konteksnya, tidak ada maknanya. Dia cuma jelek-jelekkan aja. Nah itu terjadi. Jadi ketika orang berbuat apapun yang bagus, ada orang lain punya sifat dia sebagai nindek. Dia memang mencari kesalahan. Seberapa baik orang tadi pun, dia akan tetap cari kesalahannya. Jadi itu seperti katanya satu kertas. Putih di tengah kertas tadi ada satu titik hitam. Nah, kalau orang punya sifat mencari kesalahan, dia nggak akan melihat daerah putih yang lain itu, tapi dia fokusnya kepada satu titik hitam kecil itu. Dia akan fokusnya ke sana, itu yang dia akan lihat, perhatikan betul-betul titik hitam tadi itu yang dia ceritakan itu. Tapi yang putih lainnya dia nggak akan anggap itu. Maksudnya apa? Ketika orang dirinya penuh dengan kebaikan, yang kita bilang tadi keputihan itu, keputihan kertas, sekalipun, tapi ada satu kesalahan kecil, satu kecacatan kecil dalam diri tadi, orang tadi, maka orang-orang yang punya sifat nindak akan juga fokus. Itu yang akan dia perhatikan. Itu yang akan benar-benar dilihat. itu. Maka dari itu pesan guru Ramdasi jangan terpengaruh oleh orang-orang demikian, jangan terpengaruh, abaikan saja apa gunana gawawe. Kualitas baik yang sudah ada di dalam diri kita itu dipertahankan. Jo kecikare ape suami har api kemawe. Sekarang ketika satu peristiwa itu terjadi, ada saat senggeji berasal dari dalam kita, ada memang yang dari luar. Bagaimana misalnya ya? Ketika kemudian saya makan makanan pedas, perut saya nggak tahan, saya bolak balik pergi ke toilet. Mencret-mencret. Itu karena apa? Salahan saya sendiri ya. Peristiwa itu, kejadian itu, tapi ada satu kejadian di mana itu dia dari faktornya eksternal, dari luar. Misal contoh, kita bawa mobil ya, kita udah pakai seatbelt, kita udah patuhi limitnya, kita perhatikan tata apa rambu lalu lintasnya, kita ikuti semua aturan. Tapi tiba-tiba ada orang bawa mobil, dia melenceng apa, dia tabrak kita. Ya kan? Jadi, ada satu yang memang karena kita, ada satu yang memang dari luar yang kita nggak bisa kendalikan. Kalau yang tadi saya yang kita lakukan sendiri, itu kita bisa kendalikan, kita bisa atur. Tapi yang dari luar, siapa yang bisa atur itu? Siapa yang bisa kendalikan itu? Yang dari luar, yang bukan karena kita, tapi terjadi yang bawa mobil tadi. Siapa yang bisa kendalikan? Pahamilah itu memang kehendaknya Tuhan. Joke kare so Nah orang tadi mencari kesalahan kita, menjelekkan kita, menghina, menjatuhkan. Siapa yang bisa mengendalikan orang itu? Adakah satu orang bisa mengendalikan orang lain? Tidak bisa. Maka dari itu, Guru yang pahamilah. Memang dia dapat tugas dari Tuhan untuk mencari kejelekan orang lain. Memang dia dapat tugas dari Tuhan untuk mencari kesalahan orang lain. Kita pahaminya seperti itu aja. Jadi, kita berterima kasih juga sama orang itu. Makasih lah. kau udah menyadarkan aku nih, akan kekurangan mungkin aku, kesalahan aku, kejelekan aku, kecacatan aku, keburukan aku, ketidakbaikan aku sudah kau ingatkan makasih. Bukan sebaliknya. Ketika orang tadi jelekkan kita, oh dipikirnya dirinya hebat kali udah. Dipikirnya dirinya jago kali. Dia nggak tahu siapa aku. Dia nggak tahu sebetapa hebat aku. Jangan seperti itu. Jadi tetap rendah hati dan tetaplah selalu memahami ini yang tadi Guruji sampaikan. Apa na guna apa -apa. kemudian har api pancetat bistara tuh panca apa dalam setiap makhluk hidup itu terdiri dari elemen-elemen Tuhan menciptakan manusia itu dari semua elemennya sama adakah manusia yang elemennya beda oh ini manusia terbuat dari emas oh ini manusia terbuat dari batu bara dia Oh ini manusia terbuat dari besi, baja badannya nggak ada. Elemennya sama semua badan kita ini. Ya. Jadi kita perlu pahami bahwa kita ini terbuat dari yang sama, dari tanah yang sama. Lantas kenapa kita kemudian kalau kita sendiri melakukan kesalahan kita nggak akan membenci diri kita. Tapi ketika orang lain melakukan kesalahan orang tadi langsung kita benci. Padahal kita terbuat dari yang sama. Kita melakukan banyak sekali kesalahan pun, kita nggak akan benci akan diri kita. Tapi orang lain lakukan satu kesalahan, kita langsung benci. Itu gak adil. Jangan-jangan satu guru mele AP, harap AP, cuka web. Di dalam diri kita ini ada satu cegera. Ada satu konflik. Konflik yang disebabkan oleh pikiran yang belum terkendalikan. Pikiran kita ini kadang-kadang sulit diatur, nggak mau mengikuti. Pikiran yang demikian itulah akan berkonflik dengan jiwa kita, dengan suara hati kita. Suara hati jiwa kita itu tidak pernah salah, dan dia selalu mau menuntun kita ke jalan yang benar. Tapi, pikiran kita yang kadang-kadang itu ngeyel. Enggak mau mendengarkan suara hati. Suara hati itu suara Tuhan. Jiwa kita adalah, kalau dalam berubahannya bilang, itu adalah bagian daripada waikro. Enggak mungkin salah. Jadi ikuti itu, dengerin itu. Kalau kita enggak dengerin, kalau kita enggak ikutin, maka yang terjadi adalah pikiran ini berkonflik. Berantem antara pikiran dengan jiwa, tanpa kita sadari ya, kalau orang dua berantem begaduh kita bisa lihat satu jambak-jambaan, satu tonjok-tonjokan, satu pukul-pukulan, satu bawa parang kita bisa lihat berantem. Tapi berantem di dalam diri kita ini kita nggak bisa lihat. Dan itu berantemnya itu tanpa kita sadari bisa buat kita sangat menderita. Nah, ketika pikiran dan jiwa kita sudah berdamai, karena apa? Pikiran kita sudah bertemu dengan guru, bertemu dengan nasihatnya, ajarannya, maka konflik tadi pun akan terresolusikan, akan lenyap. Jangan satgur satu guru milih ap, harap ap, cagar cukaw. Konflik tadi, cagara tadi, itu pun akan Kira-kira itulah saat senggaji hukum nama pada hari ini. Tidak terasa esok sudah tanggal 17. Esok adalah puncak dari perayaan hari ulang tahun Gerduara dan Hut Republik Indonesia yang sudah kita persiapkan selama dari jauh-jauh hari ini. Sehingga saat senggaji sekali lagi diharapkan untuk dapat hadir, ikut serta berpartisipasi dalam semua aktivitas yang akan kita lakukan dari pagi itu dari jam 7.30 kita sudah mulai ada kegiatan kemudian dilanjutkan dengan kirtan terbar itu kemudian dilanjutkan lagi dengan berbagai macam lomba-lomba semuanya dimohon kehadirannya tepat pada waktunya apabila kesalahan saya mohon dimaafkan wahai jika kalsa Waheguru guru jika